ਸਰ ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਅਸੀਸ ਦੇ ਵਿਆਹ ਦੀ ਇੰਨੀ ਜਲਦੀ ਕੀ ਸੀ? ਮੇਰਾ ਮਤਲਬ ਕਿ ਉਹ ਹਾਲੇ ਸਦਮੇ 'ਚ ਨੇ, ਤੁਸੀਂ ਥੋੜ੍ਹੀ ਦੇਰ ਰੁਕ ਸਕਦੇ ਸੀ। ਸਾਡੇ ਘਰ ਦੀ ਧੀ ਹੈ, ਆਪਾਂ ਵਿਆਹ ਤੀ, ਤੁਹਾਨੂੰ ਕੀ ਪ੍ਰੋਬਲਮ ਆ? ਮੈਨੂੰ ਤਾਂ ਕੋਈ ਤਕਲੀਫ ਨਹੀਂ ਹੈ ਸਰ, ਪਰ ਤੇਜਾ ਸਿੰਘ ਜੀ ਨੇ ਕੋਈ ਬਿਆਨ ਦਿੱਤਾ ਸੀ ਤੇ ਲੋਕ ਉਹਨਾਂ ਦੇ ਬਿਆਨ ਦਾ ਕਾਫੀ ਸਮਰਥਨ ਕਰ ਰਹੇ ਨੇ। ਕੌਣ ਤੇਜ? ਆਪੋਜੀਸ਼ਨ ਲੀਡਰ ਨੇ ਸਰ, ਸਤਨਾਮ ਸਿੰਘ ਜੀ ਨੂੰ ਤੇਜਾ ਸਿੰਘ ਜੀ ਇਲੈਕਸ਼ਨ 'ਚ ਕੜੀ ਟੱਕਰ ਦਿੰਦੇ ਨੇ। ਮੈਨੂੰ ਲੱਗਿਆ ਤੁਹਾਨੂੰ ਪਤਾ ਹੋਣਾ ਚਾਹੀਦਾ। ਦੇਖੋ ਮੈਡਮ, ਆਪਾਂ ਸਿਰਫ ਆਪਣੇ ਕੰਮ ਦੇ ਬੰਦੇ ਨਾਲ ਵਾਸਤਾ ਰੱਖਦੇ ਹਾਂ, ਆਹ ਤੇਜੇ ਫੇਜੇ ਵਰਗੇ ਤਾਂ ਛੱਤੀ ਤੁਰੇ ਫਿਰਦੇ ਨੇ, ਸਾਨੂੰ ਨਾ ਕੋਈ ਮਤਲਬ ਨਹੀਂ। ਹਾਂ, ਜੇ ਉਹ ਫਿਰ ਵੀ ਚੁੱਪਣਾ ਹੋਇਆ ਤੇ ਚੁੱਪ ਕਰਾਉਣਾ ਆਉਂਦਾ ਮੈਨੂੰ। ਨਾਲੇ ਸਾਡੇ ਘਰ 'ਚ ਕੀ ਚੱਲ ਰਿਹਾ ਕੀ ਨਹੀਂ ਉਹਨੂੰ ਕੀ ਲੈਣਾ ਦੇਣਾ ਇਹਦੇ ਨਾਲ? ਚੁੱਪ ਕਰਕੇ ਆਪਣੀ ਰਾਜਨੀਤੀ ਕਰੇ। ਸਰ, ਤੇਜਾ ਸਿੰਘ ਜੀ ਆਪਣੀ ਰਾਜਨੀਤੀ ਹੀ ਕਰ ਰਹੇ ਨੇ। ਕੋਈ ਨਹੀਂ, ਜੇ ਕਿਸੇ ਦਿਨ ਹੱਥੇ ਚੜ ਗਿਆ ਨਾ ਉਹਦੀ ਰਾਜਨੀਤੀ ਤਾਂ ਮੈਂ ਕੱਢੂ। ਮੇਰੇ ਬਾਪੂ ਸ਼੍ਰੀ ਤਾਂ ਬੜੇ ਭਲੇ ਮਾਨਸ ਇਨਸਾਨ ਨੇ, ਕਿਸੇ ਨੂੰ ਕੁਛ ਨਹੀਂ ਕਹਿੰਦੇ, ਪਰ ਮੈਂ ਚੁੱਪ ਰਹਿਣ ਵਾਲੇ 'ਚ ਨਹੀਂ ਹਾਂ। ਜੇ ਹੁਣ ਉਹਨੇ ਪੁੱਠਾ ਸਿੱਧਾ ਬਿਆਨ ਦਿੱਤਾ ਨਾ, ਸਾਲ ਨੂੰ ਘਰੇ ਵੜ ਕੇ ਕੁੱਟੂੰਗਾ। ਬੰਦ ਕਰੋ ਕੈਮਰੇ। ਮੈਂ ਕਿਹਾ ਛੇਤੀ ਬੰਦ ਕਰੋ। ਮਨਵੀਰ, ਆ ਤੂੰ ਕੀ ਬੋਲੀ ਜਾਂਦਾ? ਤੇਜਾ ਸਿੰਘ 'ਤੇ ਗੁੱਸਾ ਮੈਨੂੰ ਵੀ ਬਹੁਤ ਆ, ਪਰ ਆਹ ਗੱਲਾਂ ਇੱਦਾਂ ਪਬਲਿਕਲੀ ਥੋੜ੍ਹਾ ਬੋਲ ਸਕਦੇ ਹਾਂ ਆਪਾਂ? ਇਹੀ ਕੁਛ ਤਾਂ ਚਾਹੁੰਦਾ ਤੇਜਾ। ਚਾਚਾ ਸ਼੍ਰੀ, ਮੇਰਾ ਤਾਂ ਆਹੀ ਤਰੀਕਾ ਜੀ, ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਦੇ ਲਓ ਬਿਆਨ ਚੜ੍ਹ ਦੇਣੇ ਆ।